ਪੰਜਾਬ ਲਾਈਵ ਟੀਵੀ ਦੀ ਪੇਸ਼ਕਸ਼। Thank you.
ਇਹਦੇ ਨਾਲ ਤੀਆਂ ਮਨਾਈਆਂ ਜਾ ਰਹੀਆਂ ਨੇ। ਇਹ ਬੜਾ ਭਾਗਾਂ ਵਾਲਾ ਪਿੰਡ ਹੈ ਕਿਉਂਕਿ ਇਹਨਾਂ ਨੇ ਆਪਣੇ ਵਿਰਸੇ ਨੂੰ ਸਾਂਭਿਆ ਹੋਇਆ ਹੈ। ਕਿਉਂਕਿ ਅੱਜ ਜੇ ਦੇਖਿਆ ਜਾਵੇ ਤਾਂ ਅਸੀਂ ਆਪਣੇ ਵਿਰਸੇ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ। ਇਸ ਪਿੰਡ ਦੀ ਕਮੇਟੀ, ਇਸ ਪਿੰਡ ਦੀ ਸਰਪੰਚਨੀ ਸ਼੍ਰੀਮਤੀ ਇੰਦਰਜੀਤ ਕੌਰ ਮਾਨ ਜੀ, ਜਿਨ੍ਹਾਂ ਨੇ ਬਹੁਤ ਤਰੱਕੀ ਕੀਤੀ ਹੈ, ਉਹ ਆਪਣੇ ਆਪ ਦਿਸਦੀ ਪਈ ਹੈ। ਮੈਂ ਇਸ ਪਿੰਡ ਵਿੱਚ ਪਹਿਲੀ ਵਾਰੀ ਆਈ ਹਾਂ ਅਤੇ ਸਾਨੂੰ ਬਹੁਤ ਖੁਸ਼ੀ ਹੋਈ। ਅੱਜ ਸਾਡਾ ਸੱਭਿਆਚਾਰ ਬਹੁਤ ਬਦਲ ਗਿਆ ਹੈ। ਕਹਿੰਦੇ ਸਾਡੀ ਮਾਂ ਬੋਲੀ ਪਈ ਰੋਂਦੀ ਤੇ ਗੁਰਲਾਮਦੀ, ਸਾਡੀ ਮਾਂ ਬੋਲੀ ਪਈ ਰੋਂਦੀ ਤੇ ਗੁਰਲਾਮਦੀ, ਤੇ ਸਾਨੂੰ ਕਰੇ ਪੁਕਾਰ ਕਹਿੰਦੀ ਮੈਨੂੰ ਬਚਾ ਲਓ ਮੇਰਾ ਰੁਲ ਚੱਲਿਆ ਸੱਭਿਆਚਾਰ, ਕਹਿੰਦੀ ਮੈਨੂੰ ਬਚਾ ਲਓ ਮੇਰਾ ਰੁਲ ਚੱਲਿਆ ਸੱਭਿਆਚਾਰ। ਇਸ ਸੱਭਿਆਚਾਰ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਪਿੰਡ ਵੱਲੋਂ, ਤੋ ਬਹੁਤ ਖੁਸ਼ੀ ਹੋਈ ਹੈ ਦੇਖ ਕੇ। ਪੰਜਾਬੀ ਵੀ ਪੜ੍ਹਿਓ ਲਿਖਿਓ, ਕਿਤੇ ਅੰਗਰੇਜ਼ੀ ਦੇ ਨਾ ਡੁੱਲ ਜਾਇਓ, ਹੈਲੋ ਹੈਲੋ ਕਰਦੇ ਕਿਤੇ ਫਤਿਹ ਬੁਲਾਉਣੀ ਨਾ ਭੁੱਲ ਜਾਇਓ, ਆਪਣੇ ਵਿਰਸੇ ਦੇ ਦਿਲ ਵਿੱਚ ਥਾਂ ਰੱਖਣਾ, ਇੱਕ ਮਿੱਟੀ ਆਪਣੀ ਭੁੱਲਿਓ ਨਾ ਇੱਕ ਚੇਤੇ ਆਪਣੀ ਮਾਂ ਰੱਖਣਾ, ਇੱਕ ਮਿੱਟੀ ਆਪਣੀ ਭੁੱਲਿਓ ਨਾ ਇੱਕ ਚੇਤੇ ਆਪਣੀ ਮਾਂ ਰੱਖਣਾ। ਕਹਿੰਦੇ ਕਿ ਉਹੀ ਕੌਮਾਂ ਸਦਾ ਅਮਰ ਰਹਿੰਦੀਆਂ ਨੇ ਜੋ ਆਪਣੇ ਵਿਰਸੇ ਦੇ ਨਾਲ ਜੁੜੀਆਂ ਨੇ। ਸਾਡਾ ਵਿਰਸਾ ਪੰਜਾਬੀ ਹੈ, ਅੱਜ ਦੁਨੀਆਂ ਦੇ ਵਿੱਚ ਜੇ ਸਾਡੀ ਪਹਿਚਾਣ ਹੈ ਤਾਂ ਸਾਡੇ ਭੰਗੜੇ ਗਿੱਧੇ ਦੇ ਕਰਕੇ ਆ। ਜੇ ਕੋਈ ਸਰਦਾਰ ਜਾਂਦਾ ਲੰਘਦਾ ਹੈ ਤਾਂ ਲੋਕੀ ਕਹਿੰਦੇ ਕਿ ਉਹ ਪੰਜਾਬੀ ਜਾਂਦਾ ਹੈ, ਇਸ ਲਈ ਸਾਨੂੰ ਆਪਣੇ ਵਿਰਸੇ ਨੂੰ ਨਹੀਂ ਭੁੱਲਣਾ ਚਾਹੀਦਾ। Oh,
ਧੰਨਵਾਦ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਲੈ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਕਿਉਂਕਿ ਉਸ ਪਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਉਹਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਸ਼ੁਕਰਾਨਾ ਕਰਦੇ ਰਹਿਣ ਨਾਲ ਪਰਮਾਤਮਾ ਹੋਰ ਜ਼ਿਆਦਾ ਦਿੰਦਾ ਹੈ। ਪਰਮਾਤਮਾ ਨੂੰ ਕਦੇ ਮਾਲਕਾ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ, ਕਦੇ ਉਹ ਦਿਨ ਨਾ ਦਿਖੇ ਮਾਲਕਾ ਜਦ ਆਪਣੇ ਤੇ ਗਰੂਰ ਹੋ ਜਾਵੇ, ਸਾਨੂੰ ਸਦਾ ਇੰਨਾ ਹੀ ਨੀਵਾਂ ਰੱਖੀ ਕਿ ਹਰ ਦਿਲ ਦੁਆ ਦੇਣ ਲਈ ਕਬੂਲ ਹੋ ਜਾਵੇ, ਹਰ ਦਿਲ ਦੁਆ ਦੇਣ ਲਈ ਕਬੂਲ ਹੋ ਜਾਵੇ। ਸੋ ਹੁਣ ਸਟੇਜ ਤੇ ਆ ਰਹੇ ਨੇ ਨਵਨੀਤ, ਉਹਨਾਂ ਨੇ ਸਟੇਜ ਨੂੰ ਸੰਭਾਲਣਾ ਹੈ। ਇੱਕ ਵਾਰੀ ਆਪਣੇ ਵਾਸਤੇ ਜ਼ੋਰਦਾਰ ਤਾੜੀਆਂ ਹੋ ਜਾਣ ਜੀ, ਜ਼ੋਰਦਾਰ। ਹੁਣ ਸਮਝ ਲੱਗੀ ਜੀ, ਇੱਥੇ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਸੋ ਜੀ, ਮੇਰਾ ਨਾਮ ਹੈ ਨਵਨੀਤ ਕੌਰ, ਮੈਂ ਜਲੰਧਰ ਤੋਂ ਰਹਿਣ ਵਾਲੀ ਹਾਂ। ਠੀਕ ਹੈ ਜੀ, ਅੱਜ ਫਸਟ ਟਾਈਮ ਮੈਂ ਤੀਜ ਦਾ ਤਿਉਹਾਰ ਇੱਦਾਂ ਕਿਸੇ ਪਿੰਡ ਦੇ ਵਿੱਚ ਮਨਾਉਂਦੇ ਹੋਏ ਦੇਖ ਰਹੀ ਹਾਂ, ਅਤੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਇਸ ਪਿੰਡ ਨੇ ਸਾਡੇ ਵਿਰਸੇ ਨੂੰ ਇੰਨਾ ਸਾਂਭਿਆ ਹੋਇਆ ਹੈ। ਅਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਹੋ ਜਾਣ ਆਪਣੇ ਹੀ ਪਿੰਡ ਵਾਸਤੇ। ਸੋ ਅਸੀਂ ਸਭ ਤੋਂ ਪਹਿਲਾਂ ਅੱਜ ਉਹਨਾਂ ਮਹਾਨ ਸ਼ਖਸੀਅਤਾਂ ਦਾ ਅਸੀਂ ਸਨਮਾਨ ਕਰਨਾ ਚਾਹਾਂਗੇ ਜਿਨ੍ਹਾਂ ਦੇ ਸਪੋਰਟ ਤੋਂ ਬਿਨਾਂ ਇਹ ਸਭ ਅਰੇਂਜਮੈਂਟ ਕਰਨਾ ਬਿਲਕੁਲ ਵੀ ਪੋਸੀਬਲ ਨਹੀਂ ਸੀ। ਜਾਵਾਂਗੇ ਮਿਸ ਐਡਵੋਕੇਟ ਕੋਮਲਜੀਤ ਕੌਰ ਮਾਨ ਜੀ, ਪਲੀਜ਼ ਮੈਮ ਕਮ ਔਨ ਦਿਸ ਸਟੇਜ। ਸ਼ਖਸੀਅਤਾਂ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਨਾ ਚਾਹਾਂਗੇ ਜਿਹੜੇ ਕਿ ਇਸ ਸਮਾਗਮ ਦੇ ਵਿੱਚ ਦੇਖਣ ਵਾਸਤੇ ਆਏ ਹੋਏ ਨੇ। ਸਾਰੀ ਸਾਡੀ ਨਕੋਦਰ ਦੀ ਪ੍ਰੈਸ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ, ਉਹਨਾਂ ਲਈ ਵੀ ਧੰਨਵਾਦ ਹੋ ਜਾਣ, ਤਾੜੀਆਂ ਹੋ ਜਾਣ ਜੀ ਉਹਨਾਂ ਵਾਸਤੇ। ਆਖਰੀ ਗੱਲ ਆ, ਅੱਜ ਅਸੀਂ ਤੀਜ ਦਾ ਤਿਉਹਾਰ ਵੀ ਮਨਾ ਰਹੇ ਹਾਂ ਅਤੇ ਅੱਜ ਸਾਨੂੰ ਬਹੁਤ ਮਾਣ ਹੋਣਾ ਚਾਹੀਦਾ ਕਿ ਅੱਜ 15 ਅਗਸਤ ਦਾ ਦਿਹਾੜਾ ਵੀ ਆ ਅਤੇ ਸਾਡਾ ਆਜ਼ਾਦੀ ਦਿਵਸ ਵੀ ਹੈ, ਅਤੇ ਅੱਜ ਅਸੀਂ ਜਿਸ ਆਜ਼ਾਦੀ ਦੇ ਨਾਲ ਇਸ ਫੰਕਸ਼ਨ ਨੂੰ ਇੰਜੋਏ ਕਰ ਰਹੇ ਹਾਂ ਉਸ ਤਰ੍ਹਾਂ ਕਿ ਪੋਸੀਬਲ ਹੋ ਪਾਇਆ ਉਹਨਾਂ ਸੂਰਮਿਆਂ ਦੀ ਕੁਰਬਾਨੀ ਦੇ ਕਰਕੇ। ਅਸੀਂ ਸਭ ਜਾਣਦੇ ਹਾਂ ਕਿ ਬਹੁਤ ਹੀ ਸੂਰਮਿਆਂ ਨੇ, ਬਹੁਤ ਵੱਡੇ ਵੱਡੇ ਸੂਰਮਿਆਂ ਨੇ ਸਾਡੀ ਇਸ ਆਜ਼ਾਦੀ ਨੂੰ ਸਾਡੇ ਕੋਲ ਲੈ ਕੇ ਆਉਣ ਵਾਸਤੇ ਬਹੁਤ ਹੀ ਕੁਰਬਾਨੀਆਂ ਦਿੱਤੀਆਂ ਨੇ, ਅਤੇ ਅੱਜ ਉਹਨਾਂ ਸੂਰਮਿਆਂ ਨੂੰ ਯਾਦ ਕਰਦੇ ਹੋਏ ਅਸੀਂ ਉਹਨਾਂ ਨੂੰ ਪ੍ਰਣਾਮ, ਆਪਣਾ ਸ਼ਹੀਦਾਂ ਨੂੰ ਪ੍ਰਣਾਮ ਕਹਾਂਗੇ ਅਤੇ ਸਾਰੇ ਹੀ ਆਪਣੀ ਆਪਣੀ ਸੀਟ 'ਤੇ ਖੜ੍ਹੇ ਹੋ ਕੇ ਇੱਕ ਰਾਸ਼ਟਰੀ ਗਾਨ ਕਰਨਗੇ। ਤਾਂ ਪਲੀਜ਼ ਸਾਰੇ ਜਣੇ ਖੜ੍ਹੇ ਹੋ ਜਾਣ।
ਸੀ ਪਾਏ ਅਸੀਂ ਅਸੀਂ ਚਰਖੜੀਆਂ ਤੇ ਚੜੇ ਹੋਏ ਆ ਉਬਲਦੀਆਂ ਦੇਗਾਂ ਦੇ ਵਿੱਚ ਰੜੇ ਹੋਏ ਆ ਸੀਸ ਦੇ ਕੇ ਜਿੱਥੋਂ ਦੀ ਫੀਸ ਤਰਦੀ ਉਹਨਾਂ ਸਕੂਲਾਂ ਦੇ ਵਿੱਚ ਪੜੇ ਹੋਏ ਆ ਉਹਨਾਂ ਸਕੂਲਾਂ ਦੇ ਵਿੱਚ ਪੜੇ ਹੋਏ ਆ ਮਾਰ ਕੇ ਪੱਟਾਂ ਦੇ ਆ ਚੜਗੀ ਜਵਾਨੀ ਵੇਖ ਅੰਗ ਵਰਗੀ ਨੀ ਸਾਡੇ ਕੱਪਰੂ ਚੱਤਾ ਦੇ ਦੁਨੀਆਂ ਦੇ ਹਰ ਕੰਮ ਵਿੱਚ ਹੀ ਕੁੜੀਆਂ ਨੇ ਮਾਰੀਆਂ ਮੱਲਾਂ
ਅਸੀਂ ਵੀ ਕੁਝ ਬਣ ਕੇ ਦਿਖਾਉਣਾ ਇਸ ਦੁਨੀਆ ਸਾਰੀ ਨੂੰ। ਏਦਾਂ ਹੀ ਕੈਮ ਰੱਖਾਂਗੇ ਬਾਬਲ ਦੀ ਸਰਦਾਰੀ ਨੂੰ, ਏਦਾਂ ਹੀ ਕੈਮ ਰੱਖਾਂਗੇ ਬਾਬਲ ਦੀ ਸਰਦਾਰੀ ਨੂੰ। ਨਵਨੀਤ ਦੇ ਹੱਥ ਹਾਂਜੀ, ਕਿਹੋ ਜਿਹੀ ਲੱਗੀ ਪਰਫੋਰਮੈਂਸ? ਪਤਾ ਨਹੀਂ ਚੱਲਿਆ ਮੈਨੂੰ। ਜਾਂਦਾ ਸੀ
ਅਸੀਂ ਇੱਥੇ ਇੱਕ ਖਾਸ ਗੱਲ ਦੱਸਣਾ ਚਾਹਾਂਗੇ ਕਿ ਅੱਜ ਜੋ ਨਾਟਕ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਇਹ ਤੁਹਾਡੇ ਹੀ ਪਿੰਡ ਦੇ ਸਰਪੰਚ ਦਲਜੀਤ ਕੌਰ ਇੰਦਰਜੀਤ ਕੌਰ ਮਾਨ ਜੀ ਦੇ ਨਾਂ ਅਮਨਦੀਪ ਕੌਰ ਮਾਨ ਜੀ ਦੁਆਰਾ ਲਿਖੀ ਗਈ ਸਕ੍ਰਿਪਟ ਹੈ ਸੋ ਇਹ ਸਾਡੇ ਲਈ ਹੋਰ ਵੀ ਬਹੁਤ ਮਾਣ ਵਾਲੀ ਗੱਲ ਹੈ ਇੱਕ ਵਾਰੀ ਫਿਰ ਤਾੜੀ ਲਾ ਦਿਓ ਉਹਨਾਂ ਦੇ ਨਾਂ ਤੇ ਸਾਡੇ ਪਿੰਡ ਵਿੱਚ ਆਣ ਕੇ ਸਾਨੂੰ ਇੰਨਾ ਟੈਲੈਂਟ ਦੇਖਣ ਨੂੰ ਮਿਲਿਆ ਹੈ ਬੁਲਾਵਾ ਬੁਲਾਓ ਡਾਕਟਰ ਨੂੰ ਹੈਲੋ ਡਾਕਟਰ ਸਾਹਿਬ
ਕਿੰਨੀ ਪੈਂਦੀ
ਤੂੰ
ਕਹਿ ਦਿਓ। ਇੱਕ ਵਾਰੀ ਫੇਰ ਸਭ ਤੋਂ ਪਹਿਲਾਂ ਅੱਜ ਦੇ ਦਿਨ ਦੀਆਂ ਮੇਰੇ ਕਹਿਣ ਤੋਂ ਮਤਲਬ 15 ਅਗਸਤ ਆਜ਼ਾਦੀ ਦਿਹਾੜੇ ਦੀਆਂ ਸਾਰੇ ਹੀ ਨਗਰ ਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਦੂਸਰੀਆਂ ਵਧਾਈਆਂ ਅੱਜ ਤੁਹਾਨੂੰ, ਅਸੀਂ ਅੱਜ ਜਿਹੜਾ ਧੀਆਂ ਦਾ ਮੇਲਾ ਮਨਾ ਰਹੇ ਹਾਂ ਇਹ ਸਪੈਸ਼ਲੀ ਧੀਆਂ ਵਾਸਤੇ, ਬੀਬੀਆਂ ਵਾਸਤੇ, ਨਗਰ ਦੀਆਂ ਬੱਚੀਆਂ ਵਾਸਤੇ ਇਹ ਜਿਹੜਾ ਪ੍ਰੋਗਰਾਮ ਹੈ ਉਲੀਕਿਆ ਗਿਆ ਹੈ ਔਰ ਪਿਛਲੇ ਕਈਆਂ ਸਾਲਾਂ ਤੋਂ ਚੱਲਦਾ ਆ ਰਿਹਾ। ਪਿਛਲੇ ਸਾਲ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਬਈ ਆਉਣ ਵਾਲਾ ਸਮਾਂ ਬਦਲ ਵੀ ਸਕਦਾ, ਜਿਵੇਂ ਇਸ ਵਾਰ ਹੋਇਆ ਕਿ ਇਸ ਵੇਲੇ ਪੰਚਾਇਤਾਂ ਜਿਹੜੀਆਂ ਪਿੰਡ ਦੀਆਂ ਉਹ ਭੰਗ ਨੇ ਔਰ ਮੈਂ ਤੁਹਾਡੇ ਨਾਲ ਆਮ ਨਾਗਰਿਕ ਦੇ ਤੌਰ 'ਤੇ ਤੁਹਾਡੇ ਵਾਂਗੂ ਤੁਹਾਡੇ ਵਿੱਚ ਸ਼ਾਮਿਲ ਹਾਂ। ਬਹੁਤ ਬਹੁਤ ਧੰਨਵਾਦ ਹੈ ਨਕੋਦਰ ਦੀ ਸਾਰੀ ਹੀ ਪ੍ਰੈਸ ਦਾ, ਜਗਬਾਣੀ ਤੋਂ, ਜਾਗਰਣ ਤੋਂ, ਅਜੀਤ ਤੋਂ, ਸਾਰੇ ਪੱਤਰਕਾਰ ਵੀਰ ਮੇਰੇ ਇੱਥੇ ਪਹੁੰਚੇ ਨੇ ਕਵਰੇਜ ਵਾਸਤੇ ਔਰ FM ਤੋਂ ਜਿਹੜੇ ਇੱਥੇ ਚੈਨਲ ਵਾਲੇ ਪਹੁੰਚੇ ਨੇ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਉਹ ਅੱਜ 15 ਅਗਸਤ ਦਾ ਪ੍ਰੋਗਰਾਮ ਸਾਰਾ ਕਵਰ ਕਰਕੇ ਉਸ ਤੋਂ ਬਾਅਦ ਆਪਣੇ ਕੋਲ ਪਹੁੰਚੇ ਨੇ ਔਰ ਆਪਣੇ ਇਸ ਪ੍ਰੋਗਰਾਮ ਨੂੰ ਚਾਰ ਚੰਦ ਲਾਉਣਗੇ। ਜਦੋਂ ਕੱਲ੍ਹ ਦੀਆਂ ਅਖਬਾਰਾਂ ਦੇ ਵਿੱਚ ਵੀਰ ਪਿੰਡ ਦਾ ਇਹ ਪ੍ਰੋਗਰਾਮ ਆਏਗਾ ਤੇ ਤੁਸੀਂ ਕੱਲੇ ਕੱਲੇ ਨੇ ਅਖਬਾਰਾਂ ਸਾਂਭਣੀਆਂ ਔਰ ਆਪੋ ਆਪਣੀ ਫੋਟੋ ਲੱਭਣੀ ਉਹਦੇ ਵਿੱਚੋਂ। ਆਪਾਂ ਗੱਲਾਂ ਕਰਦੇ ਰਹਿੰਦੇ, ਮੈਂ ਤੁਹਾਡੇ ਨਾਲ ਰੂਬਰੂ ਹਾਂ, ਮੈਂ ਤੁਹਾਡੇ ਵਿੱਚ ਹੀ ਰਹਿੰਦੀ ਹਰ ਵੇਲੇ। ਦੋ ਚਾਰ ਜ਼ਰੂਰੀ ਜਿਹੜੀ ਗੱਲਬਾਤ ਕਰਨ ਵਾਲੀ ਸਿਰਫ ਉਹੀ ਕਰਾਂਗੇ ਕਿਉਂਕਿ ਆਪਾਂ ਇਕੱਠੇ ਹੀ ਰਹਿੰਦੇ ਹਾਂ ਔਰ ਜੋ ਮੈਂ ਕਹਿਣਾ ਹੋਵੇ ਮੈਂ ਤੁਹਾਨੂੰ ਗਲੀ ਮੁਹੱਲੇ ਤੁਰੀ ਫਿਰਦੀ ਵੀ ਕਹਿ ਹੀ ਦਿੰਦੀ ਹਾਂ ਕਿ ਆਹ ਕਰੋ ਜਾਂ ਆਹ ਨਾ ਕਰੋ ਜਾਂ ਆਹ ਆਪਾਂ ਕਰਨਾ, ਆਹ ਆਪਾਂ ਸਲਾਹ ਮਸ਼ਵਰਾ ਕਰਨਾ। ਸਭ ਤੋਂ ਪਹਿਲਾਂ ਇੱਕ ਚੀਜ਼ ਸਿਹਤ ਸੰਬੰਧੀ, ਇਸ ਵਾਰ ਮੈਂ ਦੇਖਿਆ ਕਿ ਵੀ ਜਿਹੜੇ ਡਿਸਪੈਂਸਰੀ ਦੇ ਵਿੱਚ ਸਰਕਾਰ ਵੱਲੋਂ ਹੋਸਪਿਟਲਸ ਦੇ ਵਿੱਚ ਟੀਕੇ ਲੱਗਦੇ ਨੇ ਬੱਚਿਆਂ ਦੇ, ਲੋਕ ਉਹਨੂੰ ਅਵੋਇਡ ਕਰਦੇ ਆ, ਹਸਪਤਾਲ ਦੇ ਵਿੱਚੋਂ ਟੀਕੇ ਨਹੀਂ ਲਗਵਾਉਂਦੇ ਔਰ ਗਰੀਬ ਜਿਹੜੇ ਇਨਸਾਨ ਨੇ ਜਿਹੜੇ ਅਫੋਰਡ ਨਹੀਂ ਕਰਦੇ, ਜਿਹੜੇ ਬਾਹਰੋਂ ਲਗਵਾ ਨਹੀਂ ਸਕਦੇ, ਸਿਰਫ ਤੇ ਸਿਰਫ ਉਹੀ ਇਨਸਾਨ ਟੀਕਾ ਡਿਸਪੈਂਸਰੀ 'ਚੋਂ ਬੱਚਿਆਂ ਨੂੰ ਲਗਵਾਉਂਦਾ। ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਚਾਹੇ ਕੋਈ ਗਰੀਬ ਹੋਵੇ, ਚਾਹੇ ਕੋਈ ਅਮੀਰ ਹੋਵੇ, ਜਿਹੜਾ ਬੱਚਿਆਂ ਦੇ ਤੁਸੀਂ ਟੀਕੇ ਲਵਾਉਣੇ ਉਹ 100% ਆਪਾਂ ਆਪਣੇ ਹੋਸਪਿਟਲ ਤੋਂ ਹੀ ਲਵਾਉਣੇ ਆ, ਡਿਸਪੈਂਸਰੀ ਤੋਂ ਹੀ ਲਵਾਉਣੇ ਆ, ਕਿਉਂਕਿ ਉਹਨਾਂ ਟੀਕਿਆਂ ਦੀ ਸਾਡੇ ਜਿਹੜੇ ਸਰਕਾਰ ਵੱਲੋਂ ਰੈਕਮੈਂਡ ਹੁੰਦੇ ਆ ਉਹਨਾਂ ਦੀ 100% ਗਰੰਟੀ ਹੁੰਦੀ ਹੈ ਕਿ ਇਹ ਟੀਕੇ ਪਿਓਰ ਨੇ। ਉਹਨਾਂ ਦੀ ਕੀਮਤ ਬਹੁਤ ਹੈ, 2-2, 3-3 ਹਜ਼ਾਰ ਰੁਪਏ ਦਾ ਇੱਕ ਇੰਜੈਕਸ਼ਨ ਆਉਂਦਾ ਤੇ ਆਪਾਂ ਆਪਣੀ ਲਾਪਰਵਾਹੀ ਤਹਿਤ ਇੱਕ ਤਾਂ ਆਪਾਂ ਪੈਸਾ ਬਰਬਾਦ ਕਰਦੇ ਹਾਂ, ਦੂਸਰਾ ਜਿਹੜੀ ਚੰਗੀ ਚੀਜ਼ ਆ, ਜਿਹੜੀ ਸ਼ੁੱਧ ਚੀਜ਼ ਹੈ ਉੱਥੋਂ ਮਹਿਰੂਮ ਰਹਿੰਦੇ ਹਾਂ। ਇਹ ਮੇਰੀ ਤੁਹਾਨੂੰ ਸਭ ਨੂੰ ਬੇਨਤੀ ਕਿ ਆਪਣੇ ਬੱਚਿਆਂ ਨੂੰ ਟੀਕੇ ਹਮੇਸ਼ਾ ਡਿਸਪੈਂਸਰੀ ਤੋਂ ਲਗਵਾਉਣੇ ਆ, ਇਹ ਨਹੀਂ ਸੋਚਣਾ ਕਿ ਇਹ ਮੁਫ਼ਤ ਦੇ ਆ ਤੇ ਸ਼ਾਇਦ ਇਹਨਾਂ ਦੇ ਵਿੱਚ ਕਮੀ ਹੋਏਗੀ, ਐਸਾ ਕੁਛ ਨਹੀਂ ਹੈ। ਦੂਸਰੀ ਵੱਡੀ ਗੱਲ, ਆਉਣ ਵਾਲੇ 2-3 ਮਹੀਨੇ ਪੰਚਾਇਤ ਸਰਗਰਮ ਨਹੀਂ ਰਹੇਗੀ,
ਕਿਉਂਕਿ ਪੰਚਾਇਤਾਂ ਭੰਗ ਹੋ ਚੁੱਕੀਆਂ ਤੇ ਅਗਲੀ ਇਲੈਕਸ਼ਨ ਤੱਕ ਜਿਹੜਾ ਪ੍ਰਬੰਧ ਆ ਉਹ ਉੱਪਰਲੇ ਅਫਸਰਾਂ ਦੇ ਹੱਥ ਹੋਏਗਾ। ਪਰ ਇਹ ਪਿੰਡ ਸਾਡਾ ਹੈ, ਇਹ ਨਗਰ ਸਾਡਾ, ਇਹ ਗਲੀਆਂ ਮੁਹੱਲੇ ਸਾਡੇ ਨੇ। ਇਸ ਕਰਕੇ ਹਰ ਬੀਬੀ ਨੂੰ ਮੇਰੀ ਬੇਨਤੀ ਹੈ ਕਿ ਆਪਣੀਆਂ ਗਲੀਆਂ ਮੁਹੱਲਿਆਂ ਦੀ ਸਫਾਈ ਤੇ ਹਰ ਉਹ ਦੇਖਣ ਵਾਲਾ ਕੰਮ ਜਿਹੜਾ ਪੰਚਾਇਤ ਕਰਾਉਂਦੀ ਹੈ, ਜੇ ਉਹ ਨਾ ਹੋਵੇ, ਪਹਿਲਾਂ ਤਾਂ ਮੈਂ ਤੁਹਾਨੂੰ ਪਤਾ ਕਿ ਮੈਂ ਕੋਈ ਕਮੀ ਨਹੀਂ ਛੱਡਦੀ, ਪੰਚਾਇਤ ਭੰਗ ਹੋਣ ਤੋਂ ਬਾਅਦ ਵੀ ਮੈਂ ਸਾਰੇ ਪਿੰਡ ਦੀ ਸਫਾਈ ਕਰਵਾਈ ਹੈ। ਪਰ ਕਈ ਵਾਰੀ ਸਾਨੂੰ ਕੁਛ ਦਰਪੇਸ਼ ਆਉਂਦੀਆਂ ਨੇ ਸਮੱਸਿਆਵਾਂ, ਉਹਦੇ ਮੱਦੇਨਜ਼ਰ ਆਪਾਂ ਆਪਣੇ ਨਗਰ ਨੂੰ ਬਿਲਕੁਲ ਸਾਫ ਸੁਥਰਾ ਰੱਖਣਾ, ਬਰਸਾਤ ਦੇ ਦਿਨ ਆ ਕਿਤੇ ਕੂੜਾ ਕਰਕਟ ਜਮ੍ਹਾਂ ਨਹੀਂ ਹੋਣ ਦੇਣਾ। ਇੱਕ ਵਾਰੀ ਮੈਂ ਚੁਕਵਾ ਦਿੱਤਾ, ਜਿਹੜਾ ਕਿਤੇ ਕੂੜਾ ਕਰਕਟ ਜਮ੍ਹਾਂ ਹੋਏਗਾ ਇਹ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ। ਮੈਂ ਤੁਹਾਡੇ ਨਾਲ ਹਾਂ, ਜਿੱਥੇ ਜ਼ਰੂਰਤ ਪਏਗੀ ਮੈਂ ਵੀ ਤੁਹਾਡੇ ਨਾਲ ਖੜਾਂਗੀ। ਪਰ ਤੁਸੀਂ ਖੁਦ ਮੁਖਤਿਆਰ ਹੈ ਪਿੰਡ, ਇਸ ਵੇਲੇ ਤੁਸੀਂ ਆਪੋ ਆਪਣੇ ਗਲੀ ਮੁਹੱਲਿਆਂ ਦਾ ਖਿਆਲ ਆਪ ਰੱਖਣਾ। ਔਰ ਤੀਜੀ ਜਿਹੜੀ ਸਭ ਤੋਂ ਅਹਿਮ ਗੱਲ ਕਿ ਪਿੰਡ ਦੇ ਵਿੱਚ ਮੈਂ ਕੈਂਪ ਲਗਵਾ ਰਹੀ ਹਾਂ, ਸੈਂਟਰ ਖੋਲ ਰੱਖਿਆ ਜਿਹਦੇ ਤਹਿਤ ਸਿਲਾਈ ਕਢਾਈ ਬਿਊਟੀ ਪਾਰਲਰ ਦੇ ਸੈਂਟਰ ਦੇ ਵਿੱਚ ਤੁਹਾਨੂੰ ਮੁਫਤ ਸਿਖਲਾਈ ਦਿੱਤੀ ਜਾਂਦੀ ਆਲਾ ਦਰਜੇ ਦੀ। ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਟਾਈਮ ਪਾਸ ਚੀਜ਼ ਹੈ, ਉਹ ਆਲਾ ਦਰਜੇ ਦੀ ਟ੍ਰੇਨਿੰਗ ਹੈ ਜਿਹੜੀ ਤੁਸੀਂ ਲਈ ਹੈ ਪਿਛਲੇ ਦੋ ਤਿੰਨ ਮਹੀਨਿਆਂ ਦੇ ਵਿੱਚ, ਜਾਂ 6 ਮਹੀਨੇ ਹੋ ਗਏ ਲਗਾਤਾਰ ਸੈਂਟਰ ਚੱਲਦੇ ਨੂੰ, ਜਿਹਦੇ ਵਿੱਚ ਤੁਸੀਂ ਵੱਖ ਵੱਖ ਤਰ੍ਹਾਂ ਦੀਆਂ ਟ੍ਰੇਨਿੰਗਸ ਲੈ ਰਹੇ ਹੋ। ਮੈਨੂੰ ਖੁਸ਼ੀ ਵੀ ਹੈ, ਪਰ ਫਿਰ ਵੀ ਜਿਸ ਗਿਣਤੀ ਦੇ ਵਿੱਚ ਮੈਂ ਚਾਹੁੰਦੀ ਹਾਂ ਕਿ ਤੁਸੀਂ ਟ੍ਰੇਨਡ ਹੋਵੋ, ਕਿਉਂਕਿ ਇਹ ਸਾਰਾ ਉਪਰਾਲਾ ਜਿਹੜਾ ਕਰਨਾ ਬਹੁਤ ਔਖਾ ਹੈ। ਮੈਨੂੰ ਪਤਾ ਕਿ ਮੈਂ ਇਹੋ ਜਿਹੀਆਂ ਚੀਜ਼ਾਂ ਪਿੰਡ ਦੇ ਵਿੱਚ ਕਿਹੜੇ ਕਿਹੜੇ ਯਤਨਾਂ ਦੇ ਨਾਲ ਲੈ ਕੇ ਆਉਂਦੀ ਹਾਂ। ਤੁਹਾਡਾ ਫਰਜ਼ ਬਣਦਾ ਕਿ ਮੇਰੇ ਇਹਨਾਂ ਯਤਨਾਂ ਦੇ ਵਿੱਚ ਮੇਰੇ ਨਾਲ ਖੜੋ। ਇਹ ਜਿਹੜੇ ਸੈਂਟਰ ਹੁਣ ਮੈਂ ਫਿਰ ਤੋਂ ਦੁਬਾਰਾ ਸਟਾਰਟ ਕਰਾਉਣ ਜਾ ਰਹੀ ਹਾਂ, ਜਿਹਦੇ ਵਿੱਚ ਖਾਸ ਤੌਰ 'ਤੇ ਮੈਂ ਚਾਹੂੰਗੀ ਕਿ ਲੜਕੀਆਂ ਟ੍ਰੇਨਿੰਗ ਲੈ ਕੇ ਅੱਗੇ ਚਲੀਆਂ ਜਾਣਗੀਆਂ। ਮੈਂ ਬੀਬੀਆਂ ਨੂੰ ਰਿਕੁਐਸਟ ਕਰਦੀ ਹਾਂ, ਮੈਂ ਆਪਣੀਆਂ ਭੈਣਾਂ ਨੂੰ, ਮੇਰੀਆਂ ਦਰਾਣੀਆਂ ਜਠਾਣੀਆਂ, ਉਸ ਤੋਂ ਵੀ ਉੱਪਰ ਜਾਂ ਕੇਸਵੀ ਰਤਬੇ ਦੀਆਂ ਉਹ ਹੈ ਨੇ, ਉਹ ਇਸ ਟ੍ਰੇਨਿੰਗ ਦੇ ਵਿੱਚ ਹਿੱਸਾ ਲੈਣ। ਕੁਛ ਟ੍ਰੇਨਿੰਗਸ ਨੇ, ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਪਿੰਡ ਦੇ ਆਸੇ ਪਾਸੇ ਜਾਂ ਪਿੰਡ ਦੇ ਦੁਆਲੇ ਕੋਈ, ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਇੱਕ ਜਿਹੜੀ ਸਿਲਾਈ ਕਢਾਈ ਐਮਬਰਾਇਡਰੀ ਜਾਂ ਚੁੰਨੀਆਂ ਵਗੈਰਾ ਬਣਾਉਣੀਆਂ ਜਾਂ ਚੁੰਨੀਆਂ ਰੰਗਣੀਆਂ ਜਾਂ ਚੁੰਨੀਆਂ ਨੂੰ ਜੋ ਵੀ ਅਸੀਂ ਡੈਕੋਰੇਟ ਕਰਦੇ ਹਾਂ ਉਹਦੇ ਸੰਬੰਧ ਦੇ ਵਿੱਚ ਮੈਂ ਇੱਕ ਪ੍ਰੋਜੈਕਟ ਜਿਹੜਾ ਉਹ ਪਿੰਡ ਦੇ ਨੇੜੇ ਤੇੜੇ ਸਥਾਪਿਤ ਕਰਵਾਉਣ ਦੀ ਕੋਸ਼ਿਸ਼ ਵਿੱਚ ਹਾਂ, ਤਾਂ ਕਿ ਤੁਹਾਨੂੰ ਸਾਰਿਆਂ ਨੂੰ ਰੁਜ਼ਗਾਰ ਮਿਲ ਸਕੇ। ਮੈਂ ਬਹੁਤ ਚੰਗੀ ਤਰ੍ਹਾਂ ਜਾਣਦੀ ਕਿ ਵੀ ਮਹਿੰਗਾਈ ਬਹੁਤ ਹੈ, ਕੰਮ ਬਿਨਾਂ ਨਹੀਂ ਸਰਦਾ। ਇਸ ਕੰਮ ਨੂੰ ਹੋਰ ਮੈਂ ਕੋਸ਼ਿਸ਼ ਕੀਤੀ ਆ ਕਿ ਇਸ ਨਗਰ ਦੇ ਜਿਹੜੇ ਬੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਵੀ ਇਨਸਾਨ ਬੇਰੁਜ਼ਗਾਰ ਨਹੀਂ ਹੋਣਾ ਚਾਹੀਦਾ, ਕਿਉਂਕਿ ਮੈਂ ਉਹਦਾ ਸਾਧਨ ਪੈਦਾ ਕਰ ਰੱਖਿਆ। ਇਸ ਨਗਰ ਦੀ ਕਦੀ ਵੀ ਰਿਪੋਰਟ ਇਹ ਨਹੀਂ ਜਾਣੀ ਚਾਹੀਦੀ ਕਿ ਇੱਥੇ ਕੋਈ ਬੇਰੁਜ਼ਗਾਰੀ ਹੈ। ਅਗਰ ਬੇਰੁਜ਼ਗਾਰ ਇਨਸਾਨ ਇੱਥੋਂ ਮਿਲੇ ਤਾਂ ਉਹ ਸਾਡੀ ਨਲਾਇਕੀ ਹੋਏਗੀ, ਤੁਹਾਡੀ ਨਲਾਇਕੀ ਹੋਏਗੀ। ਜਿਹੜਾ ਪਲਾਂਟ, ਪਾਵਰ ਪਲਾਂਟ ਆਪਾਂ ਇੱਥੇ ਲਾ ਰੱਖਿਆ, ਉਹਦੇ ਵਿੱਚ 400 ਬੰਦਾ, 500 ਬੰਦਾ, 600 ਬੰਦਾ ਪਹਿਲ ਸਾਡੀ, ਉਹਨਾਂ ਦੀ ਜ਼ਰੂਰਤ ਨਹੀਂ ਹੈ ਕਿ ਜਿੰਨੀ ਦੇਰ ਸਾਡੇ ਕੋਲੋਂ ਸਪਲਾਈ ਜਿਹੜੀ ਮੈਨ ਪਾਵਰ ਉਹਨਾਂ ਨੂੰ ਮਿਲਦੀ ਹੋਵੇ, ਚਾਹੇ ਉਹ ਟ੍ਰੇਡਮੈਨ ਹੋਣ ਚਾਹੇ ਲੇਬਰ ਹੋਣ, ਉਹ ਬੰਦਾ ਕੋਈ ਬਾਹਰੋਂ ਲਾ ਲੈਣ। ਪਰ ਜਦੋਂ ਉਹਨਾਂ ਨੂੰ ਲੇਬਰ ਦੀ ਕਮੀ ਹੁੰਦੀ ਹੈ ਪਾਵਰ ਪਲਾਂਟ ਵਾਲਿਆਂ ਨੂੰ, ਤਾਂ ਉਹ ਲੇਬਰ ਬਾਹਰੋਂ ਲਾਉਂਦੇ ਆ। ਮੇਰੀ ਬੇਨਤੀ ਹੈ, ਇਹ ਘਰ ਦਾ ਕੰਮ ਹੈ, ਤੁਸੀਂ ਆਪਣੇ ਘਰੋਂ ਖਾਣਾ ਖਾ ਕੇ ਜਾਣਾ, ਉੱਥੇ ਕੰਮ ਕਰਨਾ, ਵਾਪਸ ਆ ਕੇ ਖਾਣਾ ਖਾਣਾ,
ਤੁਹਾਨੂੰ ਇਹ ਚੀਜ਼ਾਂ ਇੰਨੀਆਂ ਸੌਖੀਆਂ ਮੁਹੱਈਆ ਹੋਈਆਂ ਨੇ ਕਿ ਤੁਹਾਨੂੰ ਇਹਦੀ ਕਦਰ ਕਰਨੀ ਚਾਹੀਦੀ। ਮੈਂ ਜ਼ੋਰ ਦੇ ਕੇ ਕਹਿ ਰਹੀ ਹਾਂ ਕਿ ਸਾਰੇ ਨਗਰ ਦਾ ਕੋਈ ਵੀ ਲੜਕਾ ਇੱਧਰ ਉੱਧਰ ਵਿਹਲਾ ਨਹੀਂ ਹੋਣਾ ਚਾਹੀਦਾ। ਸਾਰੇ ਪੈਸੇ ਕਮਾਓ, 8,000 ਤੋਂ ਲੈ ਕੇ 10,000-12,000 ਤੱਕ ਦੀ ਤਨਖਾਹ ਹੈ ਕਿਤੇ ਨਹੀਂ ਮਿਲਦੀ, ਕਿਉਂਕਿ ਖਰਚਾ ਕੋਈ ਨਹੀਂ ਹੈ। ਦੂਸਰਾ, ਬੀਬੀਆਂ ਨੂੰ ਮੈਂ ਫਿਰ ਦੱਸਦੀ ਹਾਂ ਕਿ ਕੁਛ ਨਵੇਂ ਜਿਹੜੇ ਕੋਰਸ ਜਾਂ ਨਵੇਂ ਜਿਹੜੇ ਆ ਰਹੇ ਆ, ਜਿਹੜੇ ਸਿਲੇਬਸ ਲੈ ਕੇ ਜਿਨ੍ਹਾਂ ਦੀ ਹੁਣ ਟ੍ਰੇਨਿੰਗ ਸਟਾਰਟ ਹੋਣੀ ਆ, ਮੈਂ ਆਪ ਹਾਜ਼ਰ ਹੋਊਂਗੀ ਦੂਜੇ ਚੌਥੇ ਦਿਨ ਉੱਥੇ। ਮੈਂ ਦੇਖਣਾ ਕਿ ਤੁਸੀਂ ਕਿੰਨੇ ਲੋਕ ਜਿਹੜੇ ਐਟਲੀਸਟ ਜਿਨ੍ਹਾਂ ਨੂੰ ਜ਼ਰੂਰਤ ਹੈ ਕੰਮ ਦੀ, ਉਹ ਹਰ ਹਾਲਤ ਦੇ ਵਿੱਚ ਇਹ ਕੰਮ ਨੂੰ ਸਿੱਖਣ। ਇਹਦੇ ਵਿੱਚ ਇੱਕ ਐਮਬਰਾਇਡਰੀ ਜਿਹੜੀ ਹੈ ਸਪੈਸ਼ਲ, ਉਹਦੀਆਂ ਕਲਾਸਾਂ ਲੱਗਣਗੀਆਂ, ਆਰੀ ਦੀ ਕਢਾਈ ਦੀਆਂ ਕਲਾਸਾਂ ਲੱਗਣਗੀਆਂ। ਔਰ ਇਹ ਲੰਬਾ ਕੋਰਸ ਨਹੀਂ ਹੈ, ਸਿਰਫ ਕਢਾਈ ਵਾਸਤੇ ਅਸੀਂ 1 ਮਹੀਨੇ ਦਾ ਕੋਰਸ ਲਾਉਣਾ, ਉਸ ਤੋਂ ਬਾਅਦ ਆਪਾਂ ਅਚਾਰ ਤੇ ਪਾਪੜ ਬਣਾਉਣੇ ਸਿੱਖਣੇ ਆ, ਉਹਦੇ ਵਾਸਤੇ ਸਿਰਫ 7 ਦਿਨ ਦਾ ਕੋਰਸ ਹੈ। ਫਿਰ ਅਸੀਂ ਪੈਕੇਜਿੰਗ, ਲੇਬਲਿੰਗ ਤੇ ਇਹੋ ਜਿਹੀਆਂ ਹੋਰ ਚੀਜ਼ਾਂ ਜਿਹੜੀਆਂ ਸਾਨੂੰ ਹੋ ਸਕਦਾ ਫੈਕਟਰੀਆਂ ਦੇ ਵਿੱਚ ਜਾਂ ਹੋ ਸਕਦਾ ਆਪਾਂ ਪਿੰਡ ਦੇ ਵਿੱਚ ਕਰ ਸਕੀਏ, ਉਹਦਾ ਕੰਮ ਹੈ ਸਿਰਫ 10 ਦਿਨ ਦਾ ਹੈ। ਦੂਜਾ, ਅਸੀਂ ਹੈਂਡ ਬੈਗ ਬਣਾਉਂਦੇ ਹਾਂ, ਅੱਜ ਕੱਲ੍ਹ ਪਲਾਸਟਿਕ ਬੰਦ ਹੋ ਗਈ। ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਪਲਾਸਟਿਕ ਸਰਕਾਰ ਵੱਲੋਂ ਬੰਦ ਹੈ, ਸਰਕਾਰ ਦਾ ਕੋਈ ਬਣਾਇਆ ਹੋਇਆ ਕਾਨੂੰਨ ਸਿਰੇ ਨਹੀਂ ਚੜ੍ਹ ਸਕਦਾ ਜਿੰਨੀ ਦੇਰ ਆਪਾਂ ਉਸ ਕਾਨੂੰਨ ਨੂੰ ਲਾਗੂ ਨਹੀਂ ਕਰਦੇ। ਲਾਗੂ ਆਪਾਂ ਕਰਨਾ ਆਪਣੀ ਰੋਜ਼ ਦੀ ਜ਼ਿੰਦਗੀ ਦੇ ਵਿੱਚ। ਉਹਦੇ ਵਾਸਤੇ ਜਦੋਂ ਆਪਾਂ ਸੌਦਾ ਪੱਤਾ ਲੈਣ ਜਾਂਦੇ ਤਾਂ ਸਾਨੂੰ ਆਪਣੇ ਬੈਗ ਘਰੋਂ ਲੈ ਕੇ ਜਾਣੇ ਚਾਹੀਦੇ ਆ, ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਝੋਲੇ ਲੈ ਕੇ ਜਾਈਦੇ ਸੀ, ਹੁਣ ਜੂਟ ਦੇ ਬੈਗ ਬਣਦੇ ਨੇ। ਉਹ ਜੂਟ ਦੇ ਬੈਗ ਬਣਾਉਣ ਵਾਸਤੇ, ਜੂਟ ਮੀਨ ਕਿ ਉਹ ਜਿਹੜੇ ਬੋਰੀ ਵਰਗੇ ਹੁੰਦੇ, ਸਣਦੇ ਹੁੰਦੇ ਆ, ਉਹ ਬੈਗ ਜਿਹੜੇ ਬਣਾਉਣ ਦੀ ਟ੍ਰੇਨਿੰਗ ਜਿਹੜੀ ਆ, ਉਹ ਆਪਾਂ 13 ਦਿਨਾਂ ਦੇ ਵਿੱਚ ਉਹਦੀ ਟ੍ਰੇਨਿੰਗ ਦਿੱਤੀ ਜਾਊਗੀ, ਤਾਂ ਕਿ ਤੁਸੀਂ ਬਾਜ਼ਾਰ ਚੋਂ ਚੀਜ਼ ਖਰੀਦੋ ਔਰ 1-2 ਸਾਲ ਵਾਸਤੇ ਆਪਣਾ ਬੈਗ ਬਣਾ ਲਓ। ਫਿਰ ਅਸੀਂ ਕੈਂਡਲ ਮੇਕਿੰਗ, ਮੋਮਬੱਤੀਆਂ ਬਣਾਉਣ ਦੀ ਟ੍ਰੇਨਿੰਗ ਹੋਏਗੀ। ਮੋਮਬੱਤੀਆਂ ਬਣਾਉਣ ਦਾ ਕੰਮ ਸਿਰਫ ਤੇ ਸਿਰਫ 10 ਦਿਨ ਦੇ ਵਿੱਚ ਹਰ ਔਰਤ ਟ੍ਰੇਨਡ ਹੋ ਸਕਦੀ ਹੈ। ਫਿਰ ਅਸੀਂ ਆ ਜਿਹੜੇ ਡਿਸਪੋਜ਼ੇਬਲ, ਜਿਸ 'ਚ ਹੁਣ ਤੁਸੀਂ ਖਾਣਾ ਖਾਂਦੇ ਹੋ, ਕੱਪ ਪਲੇਟਾਂ ਐਰਾ ਵਗੈਰਾ ਜੋ ਵੀ ਡਿਸਪੋਜ਼ੇਬਲ ਚੀਜ਼ਾਂ ਆਉਂਦੀਆਂ, ਇਹਦੀ ਸਿਰਫ 6 ਦਿਨ ਦੀ ਟ੍ਰੇਨਿੰਗ ਹੈ, ਸਿਰਫ 6 ਦਿਨ ਦੀ। ਤੁਸੀਂ ਸੋਚੋ ਕਿ ਆਪਾਂ ਕੀ ਚੀਜ਼ ਆ ਜਿਹੜੀ ਪਿੰਡ ਦੇ ਵਿੱਚ ਲੈ ਕੇ ਆ ਰਹੇ ਹੋ, ਤੁਸੀਂ ਕੀ ਸਿੱਖ ਸਕਦੇ ਹੋ। ਫਿਰ ਆਰਟੀਫਿਸ਼ਲ ਜੂਲਰੀ, ਗਹਿਣੇ ਜਿਹੜੇ ਆਪਾਂ ਪਹਿਨਦੇ ਹਾਂ ਰੋਜ਼, ਉਹਦੀ ਟ੍ਰੇਨਿੰਗ ਦਿੱਤੀ ਜਾਊਗੀ। ਅਗਰਬੱਤੀਆਂ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾਊਗੀ, ਜਿਹੜੀ ਸਿਰਫ 15 ਦਿਨ ਦੀ ਹੋਊਗੀ। ਇਹ ਸਾਰੇ ਕਮਾਈ ਦੇ ਸਾਧਨ ਨੇ। ਹਰ ਬੰਦੇ ਨੂੰ ਜਾਂ ਹਰ ਔਰਤ ਨੂੰ ਜਿਹੜੀ ਨੌਕਰੀਆਂ ਸਰਕਾਰ ਨਹੀਂ ਦੇ ਸਕਦੀ, ਇਹ ਆਪਾਂ ਭੁੱਲ ਜਾਈਏ ਕਿ ਆਪਾਂ ਸਰਕਾਰ ਦੇ ਮੂੰਹ ਵੱਲ ਦੇਖਣਾ। ਆਪਾਂ, ਮੈਂ ਇੱਕ ਪਿੰਡ ਦੀ ਮੁਖੀ ਆ, ਸਮਝ ਲਓ ਇਹ ਮੇਰਾ ਪਰਿਵਾਰ ਹੈ, ਮੈਂ ਆਪਣੇ ਪਰਿਵਾਰ ਦੇ ਹਰ ਜੀ ਨੂੰ ਕੰਮ ਤੇ ਲਾਉਣਾ, ਤਾਂ ਕਿ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਖਰਚੇ ਕਰਨ ਵਾਸਤੇ ਆਪਣੇ ਪੈਸੇ ਘਰ ਲੈ ਕੇ ਆ ਸਕੇ। ਫਿਰ ਇੱਕ ਹੋਰ ਹੈ ਐਗਰੀਕਲਚਰ ਦਾ ਸਟਾਰਟ ਕਰਾਉਣੀ ਟ੍ਰੇਨਿੰਗ, ਜਿਹਦੇ ਵਿੱਚ ਉਹ ਸਾਨੂੰ ਖਲ ਬਣਾਉਣਾ ਸਿਖਾਉਣਗੇ, ਔਰ ਉਸ ਖਲ ਦੀ ਜਿਹੜੀ ਫੈਟ ਹੈ ਜਦੋਂ ਆਪਾਂ ਡੇਅਰੀ ਦੇ ਵਿੱਚ ਪਾਉਂਦੇ ਹਾਂ, ਉਹ ਅਨਬਲੀਵੇਬਲ, ਮਤਲਬ ਖਲ ਦੇ ਨਾਲ ਤੁਹਾਡੀ ਫੈਟ ਜਿਹੜੀ ਉਹ ਟੋਪ ਤੇ ਜਾਏਗੀ ਔਰ ਹਰ ਚੀਜ਼ ਉਹਦੇ ਵਿੱਚ ਦੇਸੀ ਹੋਏਗੀ। ਫਿਰ ਇੱਕ ਹੋਰ ਚੀਜ਼ ਹੈ ਮਸ਼ਰੂਮ, ਮਸ਼ਰੂਮ ਲਗਾਉਣ ਦੀ ਟ੍ਰੇਨਿੰਗ ਹੋਏਗੀ। ਜੇ ਕੋਈ ਉਹਨੂੰ ਵੱਡੇ ਪੱਧਰ ਤੇ ਕਰਨਾ ਜਾਵੇ ਤਾਂ ਉਹਦੀ ਆਪਣੀ ਖੁਸ਼ੀ ਆ, ਅਦਰਵਾਈਜ਼ ਆਪਾਂ ਘਰਾਂ ਦੇ ਵਿੱਚ ਗਮਲੇ ਲਾਈਦੇ ਆ, ਅਸੀਂ ਆਪਣੇ ਖਾਣ ਜੋਗੀਆਂ ਮਸ਼ਰੂਮਸ ਜਿਹੜੀਆਂ ਨੇ, ਖੁੰਬਾਂ ਆਪਣੇ ਘਰ ਦੇ ਵਿੱਚ ਉਗਾ ਸਕਦੇ ਹਾਂ। ਇਹਦੇ ਨਾਲ ਹੀ ਇੱਕ ਨੰਬਰ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਉਣਾ, ਮੇਰੇ ਕੋਲ ਹੈ ਪਰ ਮੈਂ ਉਹਨੂੰ ਬਕਾਇਦਾ ਲਿਖ ਕੇ ਲਗਾਊਂਗੀ, ਉਹ ਹੋਏਗਾ ਵੈਟਰਨਰੀ ਡਾਕਟਰ ਜਿਹੜਾ ਮੋਹਾਲੀ ਦੇ ਵਿੱਚ ਬੈਠਦਾ,
ਪਸ਼ੂਆਂ ਦਾ ਡਾਕਟਰ, ਕਿਸੇ ਵੀ ਪਸ਼ੂ ਨੂੰ ਕੋਈ ਵੀ ਪ੍ਰੋਬਲਮ ਹੋਵੇ, ਕੋਈ ਵੀ ਤੁਹਾਨੂੰ ਉਹਦੇ ਲੱਛਣ ਨਜ਼ਰ ਆਉਂਦੇ ਨੇ ਕਿ ਇਹੋ ਜਿਹਾ ਕੁਛ ਹੈਗਾ, ਤੁਸੀਂ ਉਸ ਨੰਬਰ 'ਤੇ ਡਾਕਟਰ ਨੂੰ ਫੋਨ ਕਰਕੇ ਆਪਣੀ ਦਵਾਈ ਜਿਹੜੀ ਉਹ ਲਿਖਵਾ ਸਕਦੇ ਹੋ। ਬਕਾਇਦਾ ਜਿਹੜਾ ਡਾਕਟਰ ਉਹ ਵੈੱਲ ਟ੍ਰੇਨਡ ਗਵਰਨਮੈਂਟ ਦਾ ਅਪੁਆਇੰਟ ਕੀਤਾ ਹੋਇਆ ਡਾਕਟਰ ਹੋਏਗਾ। ਹੁਣ ਇਸ ਤੋਂ ਬਾਅਦ ਆਪਾਂ ਇਹ ਹੈਗੀਆਂ ਸਾਰੀਆਂ ਸਾਜ਼ੀ ਰੋਜ਼ੀ ਰੋਟੀ ਦੇ ਸਾਧਨ ਹਨ, ਜਿਹਨੂੰ ਤੁਸੀਂ ਤਹਿ ਦਿਲੋਂ ਅਪਣਾ ਕੇ ਆਪਣੇ ਆਪ ਨੂੰ ਸਮਰੱਥ ਬਣਾਉਣਾ। ਜੇ ਤੁਹਾਡੇ ਕੋਲ ਆਪਣੇ ਚਾਰ ਪੈਸੇ ਹੋਣਗੇ ਤੇ ਤੁਸੀਂ ਆਪਣੀਆਂ ਰੀਝਾਂ ਪੂਰੀਆਂ ਕਰ ਸਕਦੇ, ਆਪਣੇ ਬੱਚਿਆਂ ਦੀਆਂ ਰੀਝਾਂ ਪੂਰੀਆਂ ਕਰ ਸਕਦੇ ਹੋ, ਹਰ ਤਰ੍ਹਾਂ ਦਾ ਜਿਹੜੀ ਗਾਈਡੈਂਸ ਤੁਹਾਨੂੰ ਉਹ ਮਿਲੂਗੀ। ਇਸ ਤੋਂ ਬਾਅਦ ਆਪਣੇ ਸਕੂਲ ਦੇ ਬੱਚੇ ਜਿਹੜੇ, ਚਾਹੇ ਉਹ ਪ੍ਰਾਇਮਰੀ ਦੇ ਨੇ ਚਾਹੇ ਹਾਈ ਦੇ ਨੇ, ਅੱਛੇ ਰਿਜ਼ਲਟ ਆਉਂਦੇ ਨੇ, ਵਧੀਆ ਬਿਲਡਿੰਗ ਜਿਹੜੀ ਆ ਉਹਦੀ ਬਹੁਤ ਪ੍ਰਸ਼ੰਸਾ ਹੋ ਗਈ, ਬੜਾ ਨਾਮਣਾ ਖੱਟ ਲਿਆ, ਬਹੁਤ ਵਧੀਆ ਸਕੂਲ ਬਣਾ ਕੇ ਆਪਾਂ ਹੁਣ ਆਪਾਂ ਧਿਆਨ ਦੇਣਾ ਕਿ ਇਹਦੇ ਰਿਜ਼ਲਟ ਸਾਡੇ ਜਿਹੜੇ ਨੇ ਨਿਕਲਣ ਉਹ ਸਾਨੂੰ ਟੌਪ 'ਤੇ ਲੈ ਕੇ ਜਾਣ। ਉਸੇ ਦੇ ਆਧਾਰ 'ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਟੌਪਰ ਨੇ ਸਾਡੇ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਦੇ, ਉਹਨਾਂ ਟੌਪਰਸ ਨੂੰ ਆਪਾਂ ਸਨਮਾਨਿਤ ਕਰਾਂਗੇ ਛੋਟੇ ਛੋਟੇ ਪ੍ਰਾਈਜ਼ ਦੇ ਕੇ, ਤਾਂ ਕਿ ਬਾਕੀਆਂ ਦਾ ਹੌਸਲਾ ਵੱਧ ਸਕੇ। ਇੱਥੇ ਗਰਾਊਂਡ ਦੇ ਨੇੜੇ ਤੇੜੇ ਆਪਣੇ ਕਿਤੇ ਪਲਾਂਟ ਪਏ ਨੇ, ਤਕਰੀਬਨ 350-400 ਪੌਦਾ ਪਿਆ। ਬਹੁਤ ਮੁਸ਼ਕਲ ਨਾਲ ਮਿਲਦੇ ਆ, ਜੇ ਪੌਦਿਆਂ ਵੱਲ ਨਿਗਾਹ ਮਾਰੋ, ਮੈਂ ਹਰ ਸਾਲ ਕਹਿ ਲਓ ਕਿ ਵੀ ਲੱਖਾਂ ਰੁਪਈਏ ਖਰਚ ਕਰਦੀ ਹਾਂ ਪੌਦਿਆਂ 'ਤੇ, ਪਰ ਪੌਦੇ ਸਰਵਾਈਵ ਨਹੀਂ ਕਰਦੇ, ਪੌਦੇ ਸਿਰੇ ਨਹੀਂ ਲੱਗਦੇ। ਨਹੀਂ ਹੋਣਾ ਉਹਨਾਂ ਚਿਰ ਜਿੰਨੀ ਚਿਰ ਤੁਹਾਡਾ ਮਨ ਨਹੀਂ ਮੰਨਦਾ, ਜਿੰਨੀ ਚਿਰ ਤੁਹਾਡੀ ਦਿਲ ਨਹੀਂ ਕਰਦਾ, ਜਿੰਨੀ ਚਿਰ ਤੁਸੀਂ ਇਹਨੂੰ ਆਪਣੇ ਬੱਚਿਆਂ ਵਾਂਗ ਨਹੀਂ ਪੌਦੇ ਨੂੰ ਚੁੱਕ ਕੇ ਲਿਜਾਂਦੇ, ਇਹ ਨਹੀਂ ਪੜ੍ਹਨਾ। ਔਰ ਮੈਂ ਤੁਹਾਨੂੰ ਮਜਬੂਰ ਨਹੀਂ ਕਰ ਸਕਦੀ, ਇਹ ਤੁਹਾਡੀ ਅੰਤਰ ਆਤਮਾ। ਰੋਜ਼ ਜਿਹੜੀਆਂ ਸਾਡੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਹਾਂ, ਇੰਨੀ ਜ਼ਹਿਰ ਹੈ ਜਿਹੜੀ, ਜ਼ਹਿਰ ਹੀ ਖਾਂਦੇ ਹਾਂ ਆਪਾਂ, ਜ਼ਹਿਰ ਹੀ ਸੁੰਘਦੇ ਹਾਂ, ਜ਼ਹਿਰ ਹੀ ਹਰ ਪਾਸੇ ਤੁਰੀ ਫਿਰਦੀ ਆ, ਉਹਦਾ ਇੱਕੋ ਇੱਕ ਤੋੜ ਹੈ ਦਰਖਤ। ਬੇਨਤੀ ਕਰਦੀ ਤੁਹਾਨੂੰ ਕਿ ਆਪਣੇ ਬੱਚੇ ਦੇ ਜਨਮ ਦਿਨ 'ਤੇ ਇੱਕ ਦਰਖਤ ਕਿਤੇ ਵੀ, ਕਿਉਂਕਿ ਆਪਣੇ ਪਿੰਡ 'ਚ ਬਹੁਤ ਖੁੱਲੀਆਂ ਥਾਵਾਂ ਨੇ, ਆਪਣੇ ਬੱਚੇ ਦੇ ਜਨਮ ਦਿਨ 'ਤੇ ਇੱਕ ਪੌਦਾ ਲਾਉਣ ਦੀ ਰੀਤ ਸ਼ੁਰੂ ਕਰੋ ਜੀ। ਔਰ ਜਦੋਂ ਆਪਾਂ ਸਰਾਧ ਕਰਦੇ ਹਾਂ ਆਪਣੇ ਬਜ਼ੁਰਗਾਂ ਦੇ ਨਾਂ 'ਤੇ, ਔਰ ਉਹਨਾਂ ਸਰਾਧਾਂ 'ਚ ਆਪਣੇ ਬਜ਼ੁਰਗਾਂ ਦੇ ਨਾਂ 'ਤੇ ਇੱਕ ਪੌਦਾ ਲਾਉਣ ਦੀ ਰੀਤ ਸਟਾਰਟ ਕਰੋ ਜੀ। ਮੈਂ ਹੀ ਕੁਛ ਪੌਦੇ ਮੰਗਵਾਏ ਨੇ, ਜੋ ਕੁਛ ਆਪਾਂ ਪਿੰਡ ਦੇ ਵਿੱਚ ਲਾਵਾਂਗੇ, ਕੁਛ ਮੈਂ ਆਸੇ ਪਾਸੇ ਮਾਉਂਵਾਲ, ਮਿੱਤਰਾਂ, ਮਹੇਵਾਂ, ਨਵਾਂ ਪਿੰਡ ਸਿੱਧਵਾ, ਇੱਥੋਂ ਦੀਆਂ ਪੰਚਾਇਤਾਂ ਨੂੰ 50-50, 60-60 ਪੌਦੇ ਲਿਜਾਣ ਵਾਸਤੇ ਕਿਹਾ ਕਿ ਉਹ ਲਿਜਾ ਕੇ ਆਪਣਾ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਜਿਹੜੇ ਪੌਦੇ ਨੇ ਉਹਨਾਂ ਨੂੰ ਐਸੀ ਜਗ੍ਹਾ 'ਤੇ ਲਾਉਣ ਜਿੱਥੇ ਇਹ ਪੌਦੇ ਸਰਵਾਈਵ ਕਰ ਸਕਣ। ਔਰ ਅੱਗੋਂ ਮੈਂ ਇਹ ਨਹੀਂ ਕਹੂੰਗੀ ਕਿ ਮੈਂ ਇਲੈਕਸ਼ਨ ਦੀ ਗੱਲ ਕਰਨ ਜਾ ਰਹੀ ਹਾਂ, ਮੈਂ ਸਿਰਫ ਇਹ ਕਹਿਣ ਜਾ ਰਹੀ ਹਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈ 3-4 ਮਹੀਨਿਆਂ ਤੋਂ ਬਾਅਦ ਨਵੀਂ ਪੰਚਾਇਤ ਦਾ ਗਠਨ ਹੋਏਗਾ। ਤੁਸੀਂ ਨਵੀਂ ਪੰਚਾਇਤ ਚੁਣਨੀ ਆ, ਮੈਂਬਰ ਚੁਣਨੇ ਨੇ, ਸਰਪੰਚ ਚੁਣਨਾ ਹੈ। ਇਸ ਸਾਰੀ ਪ੍ਰਕਿਰਿਆ ਨੂੰ ਤੁਸੀਂ ਆਪਣੇ ਘਰ ਤੋਂ ਸੋਚ ਕੇ ਕਿ ਜਿਹੜੀ ਨਵੀਂ ਪੰਚਾਇਤ ਬਣੇਗੀ ਉਹ ਤੁਹਾਡੇ ਜਨ ਜੀਵਨ 'ਤੇ ਕਿਹੋ ਜਿਹਾ ਅਸਰ ਪਾਓਗੀ। ਇਹ ਡੈਫੀਨੇਟਲੀ ਤੁਹਾਡੇ ਜਨ ਜੀਵਨ 'ਤੇ ਅਸਰ ਪੈਂਦਾ ਇਹਨਾਂ ਚੀਜ਼ਾਂ ਦਾ, ਕਿ ਆਉਣ ਵਾਲੀ ਪੰਚਾਇਤ ਸਾਡੇ ਬੱਚਿਆਂ ਲਈ ਕੀ ਕਰ ਸਕਦੀ, ਸਾਡੇ ਵੱਡਿਆਂ ਲਈ ਕੀ ਕਰ ਸਕਦੀ ਹੈ, ਸਾਡੇ ਨਗਰ ਲਈ ਕੀ ਕਰ ਸਕਦੀ, ਸਾਡੇ ਨਗਰ ਨੂੰ ਕਿੱਥੇ ਲੈ ਕੇ ਜਾ ਸਕਦੀ ਹੈ। ਆਜ਼ਾਦ ਵੋਟ ਪਾਉਣੀ ਹੈ, ਕਿਸੇ ਦੇ ਦਬਾਅ ਥੱਲੇ ਨਹੀਂ ਆਉਣਾ, ਰਿਸ਼ਤੇਦਾਰੀਆਂ 'ਚ ਨਹੀਂ ਪੈਣਾ, ਆਸੇ ਪਾਸੇ ਆਂਢ ਗੁਆਂਢ ਦੀਆਂ ਗੱਲਾਂ 'ਚ ਨਹੀਂ ਆਉਣਾ, ਆਪਣੇ ਮਨ ਦੇ ਨਾਲ
ਇਹ ਬੇਨਤੀ ਮੈਂ ਖਾਸ ਤੌਰ ਤੇ ਔਰਤਾਂ ਨੂੰ ਕਰਨਾ ਚਾਹੁੰਦੀ ਹਾਂ ਕਿ ਜਿੱਥੇ ਬੀਬੀਆਂ ਦਾ ਆਪਣਾ ਇੱਕ ਸਟੈਂਡ ਹੁੰਦਾ ਹੈ, ਜਿੱਥੇ ਖੜ ਗਈਆਂ ਉੱਥੇ ਖੜ ਗਈਆਂ, ਤੁਸੀਂ ਆਪਣੇ ਆਤਮਾ ਦੀ ਆਵਾਜ਼ ਸੁਣ ਕੇ ਵੋਟ ਪੋਲ ਕਰਨੀ ਹੈ। ਔਰ ਇੱਕ ਵਧੀਆ ਨਵੀਂ ਪੰਚਾਇਤ ਜਿਹੜੀ ਚੁਣ ਕੇ ਲੱਗੇ ਲੈ ਕੇ ਆਉਣੀ ਹੈ, ਜਿਹੜੀ ਇਸੇ ਤਰ੍ਹਾਂ ਤੁਹਾਡੇ ਤੀਜ ਤਿਉਹਾਰ ਮੇਲੇ ਮਨਾਉਂਦੀ ਰਹੇ। ਇੱਕ ਹੋਰ ਬੇਨਤੀ, ਇਹ ਮੇਲਾ ਆਪਾਂ ਸ਼ੁਰੂ ਕੀਤਾ ਸੀ, ਇਹਨੂੰ ਬੰਦ ਨਹੀਂ ਹੋਣ ਦੇਣਾ। ਰੱਬ ਨਾ ਕਰੇ ਕੋਈ ਇਹੋ ਜਿਹੀ ਸਮੱਸਿਆ ਆਉਂਦੀ ਹੈ, ਰੱਬ ਨਾ ਕਰੇ ਕੋਈ ਇਹੋ ਜਿਹੀ ਅੱਗੋਂ ਤੁਹਾਡੀ ਅਗਵਾਈ ਕਰਨ ਵਾਲੇ ਮਿਲਦੇ ਨੇ ਜਿਹੜੇ ਇਸ ਚੀਜ਼ ਨੂੰ ਚਲਾਉਣ ਦੇ ਸਮਰੱਥ ਨਾ ਹੋਣ। ਮੈਂ ਇਸੇ ਲੱਗਰ ਦੀਆਂ ਇਸੇ 'ਚ ਰਹਿਣਾ, ਇਹ ਮੇਲਾ ਜਦ ਤੱਕ ਮੇਰੀ ਜ਼ਿੰਦਗੀ ਆ ਮੈਂ ਇਹਨੂੰ ਐਂ ਚਲਾਉਣ ਦੀ ਕੋਸ਼ਿਸ਼ ਕਰੂੰਗੀ। ਇਸ ਵਾਰ ਵੀ ਇਹ ਮੇਲਾ ਪੰਚਾਇਤ ਫੰਡ 'ਚੋਂ ਨਹੀਂ ਚੱਲ ਰਿਹਾ, ਇਹ ਸਾਰੀਆਂ ਸਹੂਲਤਾਂ, ਇਹ ਸਾਰੇ ਖਾਣੇ ਪੀਣੇ, ਸਾਡਾ ਬੈਠਣ ਵਾਲਾ ਸਮਾਨ, ਇਹ ਇਸ ਵਾਰ ਪੰਚਾਇਤ ਫੰਡ 'ਚੋਂ ਨਹੀਂ ਚੱਲ ਰਿਹਾ। ਪਿੰਚ ਦਾਨੀ ਬੰਦੇ ਵੀ ਬੈਠੇ ਨੇ, ਜਿਹੜੇ ਕਹਿੰਦੇ ਨੇ ਕਿ ਬੰਦਿਆਂ ਲਈ ਬੜਾ ਕੁਛ ਹੁੰਦਾ, ਇਹ ਇੱਕੋ ਹੀ ਪ੍ਰੋਗਰਾਮ ਹੈ ਜਿਹੜਾ ਬੀਬੀਆਂ ਵਾਸਤੇ ਕਰਨਾ, ਔਰ ਦਿਲ ਖੋਲ੍ਹ ਕੇ ਦਾਨ ਵੀ ਕਰਦੇ ਨੇ। ਔਰ ਇਹ ਨਹੀਂ ਰੁਕਣਾ, ਨਾ ਇਹਨੂੰ ਰੋਕਣਾ, ਮੇਰੀ ਤੁਹਾਨੂੰ ਬੇਨਤੀ ਹੈ। ਇੰਨਾ ਕੁਛ ਕਹਿੰਦੀ ਹੋਈ ਜ਼ਿਆਦਾ ਹੋ ਗਿਆ, ਹਜੇ ਹੋਰ ਪ੍ਰੋਗਰਾਮ ਕਾਫੀ ਨੇ, ਫਿਰ ਮੌਕੇ ਮਿਲਣਗੇ, ਫਿਰ ਗੱਲਾਂ ਬਾਤਾਂ ਕਰਾਂਗੇ। ਇੱਕ ਵਾਰੀ ਫਿਰ ਤੋਂ ਤੁਹਾਨੂੰ ਅੱਜ ਦੇ ਦਿਨ ਦੀਆਂ ਆਜ਼ਾਦੀ ਦਿਵਸ ਦੀਆਂ, 15 ਅਗਸਤ ਦੀਆਂ ਆਜ਼ਾਦੀ ਸੁਤੰਤਰਤਾ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ, ਤੇ ਤੀਜ ਦੇ ਇਸ ਮੇਲੇ ਨੂੰ ਸੰਪੂਰਨ ਕਰਨ ਵਾਸਤੇ, ਇਹ ਮੇਲੇ ਨੂੰ ਮੇਲਾ ਬਣਾਉਣ ਵਾਸਤੇ ਤੁਹਾਡੇ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ। ਸਮੂਹ ਪ੍ਰੈਸ ਜਿਹੜੀ ਨਕੋਦਰ ਤੋਂ ਵੀਰ ਮੇਰੇ ਆਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰਾ ਕਿੱਥੇ ਗੁਜ਼ਾਰੀ ਸਾਰੀ ਰਾਤ, ਪੈਰਾਂ ਨੂੰ ਫਿਕਰ ਪਿਆ। ਵੀਰਾ ਕਿੱਥੇ ਗੁਜ਼ਾਰੀ ਸਾਰੀ ਰਾਤ, ਪੈਰਾਂ ਨੂੰ ਫਿਕਰ ਪਿਆ। ਪੈਣਾ ਗਿਆ ਸੀ ਪਾਉਂਦੇ ਪਾਸ, ਸਾਹਸ ਦਾ ਬਣ ਲਈ। ਪੈਣਾ ਗਿਆ ਸੀ ਪਾਉਂਦੇ ਪਾਸ, ਸਾਹਸ ਦਾ ਬਣ। ਵੀਰਾ ਸਾਹਸ ਦਾ ਵੇ ਮਾਈ ਬਾਪ, ਤੈਨੂੰ ਖਾਦਾ ਫਿਕਰ ਪਿਆ। ਵੀਰਾ ਸਾਹਸ ਦਾ ਵੇ ਮਾਈ ਬਾਪ, ਤੈਨੂੰ ਖਾਦਾ ਫਿਕਰ। ਵੀਰਾ ਚੰਨਣਾ ਮੰਨਣ ਦੀ ਰਾਤ, ਤਾਰਾ ਸਿਖਰ ਗਿਆ। ਵੀਰਾ ਚੰਨਣਾ ਮੰਨਣ ਦੀ ਰਾਤ, ਤਾਰਾ ਸਿਖਰ ਗਿਆ। ਵੀਰਾ ਕਿੱਥੇ ਗੁਜ਼ਾਰੀ ਸਾਰੀ ਰਾਤ, ਪੈਣਾ ਨੂੰ ਫਿਕਰ ਪਿਆ। ਵੀਰਾ ਕਿੱਥੇ ਗੁਜ਼ਾਰੀ ਸਾਰੀ ਰਾਤ, ਪੈਣਾ ਨੂੰ ਫਿਕਰ ਪਿਆ। ਪੈਣਾ ਗਿਆ ਸੀ ਤਾਰ ਜੀ ਪਾਸ, ਵਰਦੀ ਬਣਾ ਬਣ ਲਈ। ਵਰਦੀ ਬਣਾ ਕੇ ਮਾਰ। ਕਿਆ ਬਾਤ ਜੀ, ਕਿਹਦਾ ਜੀ ਜ਼ੋਰਦਾਰ ਤਾੜੀ ਹੋ ਜਾਣਗੀ ਰਾਣਾ ਜੀ ਦੇ। ਆਉਂਦੇ ਜਾਂਦੇ ਰਾਹੀ ਪੁੱਛਦੇ, ਬਾਬਲ ਮੇਰੇ ਕਾਜਰ ਜਾਇਆ, ਮੈਂ ਪਰਦੇਸਾਂ ਹੋ ਰਹੀਆਂ। ਨਿੱਕੀ ਨਿੱਕੀ ਸੂਹੀ ਵੱਟ ਮਾਤਾ ਗਾ, ਬੈਠ ਕੇ ਸੀਤਾ ਕੱਢ ਰਹੀਆਂ। ਠੀਕ ਹੈ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਅੱਜ ਪਤਾ ਲੱਗਾ ਪਿੰਡ ਵਾਸਤੇ। ਤਾਂ ਅਸੀਂ ਆਪਣੀ ਐਕਟੀਵਿਟੀ ਨੂੰ ਇੱਕ ਵਾਰੀ ਫੇਰ ਰਿਪੀਟ ਕਰਾਂਗੇ। ਬਾਕੀ ਰੈਡੀ ਹੈ ਜੀ, ਹੁਣ ਕੌਨਫੀਡੈਂਸ ਆ ਗਿਆ ਨਹੀਂ ਜਾਇਆ? ਆ ਬੱਚੇ ਦੇ ਲੋ ਤੁਹਾਡੀ ਬੇਇੱਜ਼ਤੀ ਕਰੀ ਜਾ ਰਹੇ। ਹੁਣ ਕੌਨਫੀਡੈਂਸ ਆਇਆ? ਤਾੜੀਆਂ ਲਗਾਓ ਇੱਕ ਵਾਰੀ ਫੇਰ। ਚਲੋ ਵੀ ਪੱਕੇ ਆ ਰਹੀ ਕੁੜੀਓ, ਡੈਡੀਓ।
ਮਿਊਜ਼ਿਕ ਵਰਗੀ
ਚੁੰਨੀ ਸਿਰੇ ਉੱਤੋਂ ਲੱਥਣ ਤੋਂ ਹੋਵੇ ਡਰਦੀ ਬੇਬੇ ਲੱਭਦੀ ਇਹਨੂੰ ਜਮਾ ਤੇਰੇ ਵਰਗੀ ਹੁਣ ਇੱਕੋ ਸਾਡੀ ਮੰਗ ਸਾਨੂੰ ਆ ਗਈ ਹੈ ਪਸੰਦ ਵਿੱਚ ਸੋਹਣੀਆਂ ਵਿੱਚੋਂ ਲਾਪਾ ਨੀ ਲੈਣਾ ਤੈਨੂੰ ਫੈਮਿਲੀ ਦੀ ਮੈਂਬਰ ਬਣਾ ਨੀ ਲੈਣਾ ਤੈਨੂੰ ਫੈਮਿਲੀ ਦੀ ਮੈਂਬਰ ਬਣਾ ਫੈਮਿਲੀ ਦੀ ਮੈਂਬਰ ਬਣਾ ਨੀ ਲੈਣਾ ਤੈਨੂੰ ਫੈਮਿਲੀ ਦੀ ਮੈਂਬਰ ਬਣਾ ਕੰਮ ਚੁੱਲ੍ਹੇ ਚੌਂਕੇ ਵਾਲਾ ਹੋਵੇ ਸਾਰਾ ਜਾਣਦੀ ਬੇਬੇ ਬਾਪੂ ਦਾ ਵੀ ਹੋਵੇ ਰੱਖਦੀ ਧਿਆਨ ਜੀ ਉਹ ਕੰਮ ਚੁੱਲ੍ਹੇ ਚੌਂਕੇ ਵਾਲਾ ਹੋਵੇ ਸਾਰਾ ਜਾਣਦੀ ਹੋ ਬੇਬੇ ਬਾਪੂ ਦਾ ਵੀ ਹੋਵੇ ਰੱਖਦੀ ਧਿਆਨ ਜੀ ਕਰੇ ਪੂਰਾ ਸਤਿਕਾਰ ਸਾਡਾ ਚਾਵੇ ਪਰਿਵਾਰ ਖਾਓ ਜੱਟ ਦੀ ਨਾ ਤੇਰਾ ਵਸਾ ਨੀ ਲੈਣਾ ਤੈਨੂੰ ਕੁੜੀ ਕਿਤੇ ਵਿੱਚ ਜਾਵੇ ਤੂੰ
Thank you.
Thank you.
ਜਿੱਦਾਂ ਜੱਟੀਆਂ ਦਾ ਇੱਕ ਸ਼ਕੀਨਾ ਕਰਕੇ ਜਿੱਦਾਂ ਜੱਟੀਆਂ ਦਾ।
ਲਾਹੌਰ ਦੀਆਂ